ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ 'ਤੇ। ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਚੈਨਲ 'ਤੇ ਕਾਫੀ ਟਾਈਮ ਤੋਂ ਕੋਈ ਵੀਡੀਓ ਨਹੀਂ ਆਈ ਕਿਉਂਕਿ ਮੈਂ ਥੋੜ੍ਹਾ ਬਿਜ਼ੀ ਚੱਲ ਰਿਹਾ ਸੀ। ਸੋ ਅੱਜ ਤੁਹਾਡੇ ਲਈ ਅਸੀਂ ਇੱਕ ਵੀਡੀਓ ਲੈ ਕੇ ਆਏ ਹਾਂ, ਜੋ ਕਿ ਵੀਡੀਓ ਹੈ ਹਿਊਂਡਈ ਵੈਨਿਊ ਫੇਸਲਿਫਟ ਬਾਰੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵੈਨਿਊ ਇੱਕ ਸਬ ਕੰਪੈਕਟ 4 ਮੀਟਰ SUV ਹੈ, ਜਿਸਦਾ ਕਿ ਇੰਡੀਆ ਵਿੱਚ ਕਾਫੀ ਕਰੇਜ ਹੈ। ਅਤੇ ਹੁਣ 2022 ਵਿੱਚ ਇਸਦਾ ਨਵਾਂ ਮਾਡਲ ਆ ਰਿਹਾ, ਜਿਸ ਦੀਆਂ ਕੁਝ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ। ਇਹ ਤਸਵੀਰਾਂ ਸਾਡੇ ਕੋਲ rushlane.com ਲਈ ਆਈਆਂ ਨੇ, ਅਸੀਂ ਇਸ ਲਈ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਤਸਵੀਰਾਂ ਵਿੱਚ ਜਿਹੜੀ ਫਰੰਟ ਗ੍ਰਿਲ ਹੈ ਉਹਨੂੰ ਕਾਫੀ ਵੱਡਾ ਕਰ ਦਿੱਤਾ ਗਿਆ ਹੈ। ਇਹਦੇ ਲਾਈਟਾਂ ਦੀ ਸ਼ੇਪ ਪਹਿਲਾਂ ਵਾਲੇ ਵੈਨਿਊ ਦੇ ਮਾਡਲ ਵਾਂਗ ਵੀ ਰੱਖੀ ਗਈ ਹੈ। ਜੇ ਆਪਾਂ ਗੱਲ ਕਰੀਏ ਇਸ ਦੀ ਬੈਕ ਸਾਈਡ ਦੀ, ਤਾਂ ਬੈਕ ਸਾਈਡ 'ਤੇ ਵੀ ਇਸਦੀਆਂ ਜੋ ਬੈਕ ਲਾਈਟਸ ਨੇ ਉਹਨਾਂ ਦੇ ਡਿਜ਼ਾਇਨ ਨੂੰ ਚੇਂਜ ਕਰ ਦਿੱਤਾ ਗਿਆ ਹੈ। ਅਤੇ ਨਾਲ ਹੀ ਕਾਰ ਵਿੱਚ ਹੋਰ ਵੀ ਕਾਫੀ ਤਰ੍ਹਾਂ ਦੇ ਚੇਂਜ ਆਉਣ ਦੀ ਉਮੀਦ ਹੈ। ਨਾਲ ਹੀ ਇਸਦੇ ਇਨਫੋਟੇਨਮੈਂਟ ਸਿਸਟਮ ਨੂੰ ਵੀ ਅਪਡੇਟ ਕੀਤਾ ਜਾਏਗਾ। ਜੇ ਆਪਾਂ ਗੱਲ ਕਰੀਏ ਇਹਦੇ ਇੰਜਣ ਦੀ, ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਆਪਾਂ ਨੂੰ ਤਕਰੀਬਨ 7.5 ਲੱਖ ਤੋਂ 13 ਲੱਖ ਦੇ ਦਰਮਿਆਨ ਮਿਲ ਜਾਂਦੀ ਹੈ। ਅਤੇ ਇਸ ਵਿੱਚ 2 ਇੰਜਨ ਆਪਸ਼ਨ ਆਉਂਦੇ ਨੇ, ਇੱਕ ਪੈਟਰੋਲ ਇੰਜਨ ਅਤੇ ਦੂਸਰਾ ਡੀਜ਼ਲ ਇੰਜਨ। ਅਤੇ ਇਹ ਨਵਾਂ ਮਾਡਲ ਜੋ ਕਿ 2022 ਦੇ ਵਿੱਚ ਲਾਂਚ ਹੋਣ ਦੀ ਸੰਭਾਵਨਾ ਹੈ, ਦੇ ਵਿੱਚ ਵੀ 2 ਇੰਜਣ ਹੀ ਆਉਣਗੇ। ਅਤੇ ਇਹ ਤੁਸੀਂ ਦੇਖ ਸਕਦੇ ਹੋ ਇਸਦੀ ਸਾਈਡ ਲੁੱਕ, ਗੱਡੀ ਸਾਈਡ ਤੋਂ ਦੇਖਣ ਨੂੰ ਬਿਲਕੁਲ ਹੀ ਉਸ ਤਰ੍ਹਾਂ ਨਾਲ ਲੱਗ ਰਹੀ ਹੈ, ਪਰ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਲੱਗ ਰਿਹਾ ਹੈ ਕਿ ਇਸਦੀ ਲੈਂਥ ਨੂੰ ਕੁਝ ਵਧਾ ਦਿੱਤਾ ਗਿਆ ਹੈ। ਅਤੇ ਨਾਲ ਹੀ ਤੁਸੀਂ ਨਵੇਂ ਅਲਾਇਸ ਦਾ ਡਿਜ਼ਾਇਨ ਵੀ ਦੇਖ ਸਕਦੇ ਹੋ। ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਹੁੰਡਈ ਨੇ ਕੁਝ ਦਿਨ ਪਹਿਲਾਂ ਇੰਟਰਨੈਸ਼ਨਲ ਮਾਰਕੀਟ ਵਿੱਚ ਕ੍ਰੇਟਾ ਦਾ ਫੇਸ ਲਿਫਟ ਉਤਾਰਿਆ ਸੀ, ਜੋ ਕਿ ਆਉਣ ਵਾਲੇ ਸਾਲ ਵਿੱਚ ਇੰਡੀਆ ਵਿੱਚ ਲਾਂਚ ਹੋ ਜਾਵੇਗਾ। ਅਤੇ ਉਸ ਤੋਂ ਬਾਅਦ ਇਹ ਵੈਨਿਊ ਦਾ ਫੇਸ ਲਿਫਟ ਵੀ ਇੰਡੀਆ ਵਿੱਚ ਲਾਂਚ ਹੋਵੇਗਾ। ਅਤੇ ਅਜੇ ਵਰਨਾ ਬਾਰੇ ਵੀ ਵਿਚਾਰ ਚੱਲ ਰਹੀ ਹੈ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਇਹੋ ਜਿਹੀਆਂ ਹੋਰ ਤਾਜ਼ਾ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਤੁਹਾਡੇ ਸਬਸਕ੍ਰਾਈਬ ਕਰਨ ਦੇ ਨਾਲ ਹੌਸਲਾ ਵੱਧਦਾ ਹੈ ਅਤੇ ਅਸੀਂ ਤੁਹਾਡੇ ਲਈ ਨਵੀਆਂ ਵੀਡੀਓ ਲੈ ਕੇ ਆਉਂਦੇ ਹਾਂ। ਤਦ ਤੱਕ ਲਈ ਰੱਬ ਰਾਖਾ, ਧੰਨਵਾਦ।